ਸ਼ਾਸਤਰੀ ਅਕਾਲ ਦੋਸਤੋ, ਇੱਕ ਵਾਰ ਫਿਰ ਤੋਂ ਹਾਜ਼ਰ ਹੋ ਚੁੱਕੇ ਹਾਂ ਜੀ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਵੀਡੀਓ ਲੈ ਕੇ। ਗੱਲ ਕਰਾਂਗੇ ਜੀ ਪੰਜਾਬ ਸਵੇਰ ਭਰ ਦੀਆਂ ਸਮੇਂ ਦੀਆਂ ਸਭ ਤੋਂ ਵੱਡੀਆਂ ਤੇ ਇੰਪੋਰਟੈਂਟ ਖਬਰਾਂ ਬਾਰੇ, ਪਰ ਸਭ ਤੋਂ ਪਹਿਲਾਂ ਚੈਨਲ ਸਟੱਡੀ ਇਨ ਜੌਬਲਰਸ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੀਆਂ। ਪਹਿਲੀ ਵੱਡੀ ਖਬਰ ਦੋਸਤੋ, ਪੰਜਾਬ ਸਕੂਲਾਂ ਨੂੰ ਹੋਈਆਂ ਛੁੱਟੀਆਂ, ਪੰਜਾਬ ਸਰਕਾਰ ਦੇ ਵੱਲੋਂ ਪੂਰੀ ਲਿਸਟ ਜਾਰੀ, ਦੇਖੋ ਪੂਰੀ ਲਿਸਟ। ਅਗਲੀ ਵੱਡੀ ਖਬਰ ਦੋਸਤੋ, ਇਸ ਦੇਸ਼ ਨੇ ਫ੍ਰੀ ਕੀਤੇ ਵੀਜ਼ੇ, ਹੁਣ ਲੋੜ ਨਹੀਂ ਵੀਜ਼ੇ ਦੀ। ਤੁਹਾਨੂੰ ਸਾਰੀ ਖਬਰਾਂ ਬਾਰੇ ਵੀਡੀਓ ਵਿੱਚ ਅੱਗੇ ਪੂਰੀ ਜਾਣਕਾਰੀ ਦੇਵਾਂਗੇ, ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਨਾਲ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ। ਸ਼ੁਰੂਆਤ ਕਰਦੇ ਹਾਂ ਸਮੇਂ ਦੀ ਸਭ ਤੋਂ ਪਹਿਲੀ ਅਤੇ ਵੱਡੀ ਖਬਰ ਦੋਸਤੋ। ਵੱਡੀ ਖਬਰ, PSPCL ਦੇ ਵੱਲੋਂ ਆ ਚੁੱਕੀ ਆ ਬਿਜਲੀ ਵਿਭਾਗ ਦੇਣ ਲੱਗਾ ਝਟਕਾ। ਪੰਜਾਬ ਦੇ ਵਿੱਚ ਮਹਿੰਗੀ ਹੋਣ ਜਾ ਰਹੀ ਆ ਬਿਜਲੀ, ਦਰਾਂ ਵਿੱਚ ਹੋਵੇਗਾ ਵਾਧਾ। ਜੀ ਹਾਂ ਦਰਸ਼ਕੋ, ਪੰਜਾਬ ਦੇ ਵਿੱਚ ਮੁਫਤ ਬਿਜਲੀ ਦਾ ਆਨੰਦ ਲੈ ਰਹੇ ਖਪਤਕਾਰਾਂ ਦੇ ਨਾਲ ਨਾਲ ਸਸਤੀ ਬਿਜਲੀ ਲੈ ਰਹੇ ਕਾਰੋਬਾਰੀ ਨੂੰ ਇੱਕ ਵੱਡਾ ਝਟਕਾ ਲੱਗਣ ਜਾ ਰਿਹਾ ਹੈ। ਮੁਫਤ ਬਿਜਲੀ ਦੇ ਬੋਝ ਦੀ ਪੰਡ ਹੁਣ ਵਿਭਾਗ ਨੂੰ ਭਾਰੀ ਲੱਗਣ ਲੱਗੀ ਆ, ਜਿਸ ਦੇ ਲਈ ਹੁਣ ਬਿਜਲੀ ਦਰਾਂ ਵਿੱਚ 11% ਵਾਧਾ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਪਾਵਰਕੌਮ ਨੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਭੇਜੀ ਆਪਣੀ ਸਾਲਾਨਾ ਰੈਵੇਨਿਊ ਰਿਕੁਆਇਰਮੈਂਟ ਰਿਪੋਰਟ ਵਿੱਚ ਇਸ ਸੰਬੰਧੀ ਤਜਵੀਜ਼ ਰੱਖੀ ਹੈ। ਤਾਂ ਦੋਸਤੋ, ਕਮਿਸ਼ਨ ਦੇ ਵੱਲੋਂ ਇਸ ਨੂੰ ਜਲਦ ਹੀ ਹਰੀ ਝੰਡੀ ਦਿੱਤੀ ਜਾ ਸਕਦੀ ਹੈ। ਹਾਲਾਂਕਿ ਪਾਵਰਕੌਮ ਦੇ ਅਧਿਕਾਰੀ ਤਰਕ ਦੇ ਰਹੇ ਹਨ ਕਿ 2010 ਵਿੱਚ ਪਾਵਰਕੌਮ ਦੇ ਬੰਨ ਤੋਂ ਬਾਅਦ ਪਹਿਲੇ 15 ਸਾਲਾਂ ਵਿੱਚ ਬਿਜਲੀ ਦਰਾਂ ਵਿੱਚ ਇਹ ਸਭ ਤੋਂ ਘੱਟ ਵਾਧਾ ਹੋਵੇਗਾ। ਅਗਲੀ ਵੱਡੀ ਖਬਰ ਦੋਸਤੋ, 15 ਤੋਂ 18 ਦਸੰਬਰ ਤੱਕ ਭਾਰੀ ਮੀਂਹ ਦਾ ਅਲਰਟ, ਇਹ ਇਲਾਕੇ ਹੋਣਗੇ ਸਭ ਤੋਂ ਵੱਧ ਪ੍ਰਭਾਵਿਤ। ਜੀ ਹਾਂ ਪਿਆਰੇ ਦਰਸ਼ਕੋ, ਰਾਸ਼ਟਰੀ ਰਾਜਧਾਨੀ ਦਿੱਲੀ, ਉੱਤਰ ਪ੍ਰਦੇਸ਼ ਸਮੇਤ ਸਾਰੇ ਹੀ ਦੋਸਤੋ ਉੱਤਰੀ ਭਾਰਤ ਵਿੱਚ ਪੈ ਰਹੀ ਕੜਾਕੇ ਦੀ ਠੰਡ ਦੇ ਵਿਚਾਲੇ ਮੌਸਮ ਵਿਭਾਗ ਨੇ ਕਈ ਰਾਜਾਂ ਦੇ ਵਿੱਚ ਮੀਂਹ ਦੀ ਭਵਿੱਖਬਾਣੀ ਜਾਰੀ ਕਰ ਦਿੱਤੀ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਤਾਮਿਲਨਾਡੂ ਵਿੱਚ 15 ਤੋਂ 17 ਦਸੰਬਰ ਤੱਕ, ਕੇਰਲ ਵਿੱਚ 16 ਤੋਂ 18 ਦਸੰਬਰ ਤੱਕ, ਜਦੋਂ ਕਿ ਲਕਸ਼ਦੀਪ ਵਿੱਚ 17 ਤੋਂ 18 ਦਸੰਬਰ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਆ। ਕੁਛ ਥਾਵਾਂ ਤੇ ਦੋਸਤੋ ਤੂਫਾਨ ਵੀ ਆ ਸਕਦਾ। ਤਾਂ ਦੋਸਤੋ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਮੁਤਾਬਕ ਉੱਤਰੀ ਭਾਰਤ ਦੇ ਸੂਬਿਆਂ ਵਿੱਚ ਮੀਂਹ ਪੈਣ ਦੇ ਨਾਲ ਠੰਡ ਵੀ ਆਪਣਾ ਪ੍ਰਕੋਪ ਦਿਖਾਉਣਾ ਸ਼ੁਰੂ ਕਰ ਦੇਵੇਗੀ। ਅਗਲੀ ਖਬਰ ਦੋਸਤੋ, ਪੰਜਾਬ ਸਕੂਲਾਂ ਬਾਰੇ ਆ। ਪ੍ਰੀ ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਤੇ ਸਰਕਾਰੀ ਸਕੂਲਾਂ ਤੇ ਆਂਗਨਵਾੜੀ ਕੇਂਦਰਾਂ ਨੂੰ ਮਿਲੇਗੀ ਮਦਦ, ਜਾਣੋ ਕੀ ਹੈ ਕੇਂਦਰ ਸਰਕਾਰ ਦਾ ਵੱਡਾ ਪਲਾਨ। ਜੀ ਹਾਂ ਦਰਸ਼ਕੋ, ਸਰਕਾਰੀ ਸਕੂਲਾਂ ਨੂੰ ਪ੍ਰੀ ਪ੍ਰਾਇਮਰੀ ਤੇ ਬਾਲ ਵਾਟਿਕਾ ਜਮਾਤਾਂ ਨਾਲ ਜੋੜਨ ਦੀ ਮੁਹਿੰਮ ਸ਼ੁਰੂ ਹੋਰ ਤੇਜ਼ ਹੋਵੇਗੀ। ਸਿੱਖਿਆ ਮੰਤਰਾਲੇ ਨੇ ਸਮੁੱਚੀ ਸਿੱਖਿਆ ਯੋਜਨਾ ਤਹਿਤ ਇਹਨਾਂ ਜਮਾਤਾਂ ਨੂੰ ਸ਼ੁਰੂ ਕਰਨ ਵਾਲੇ ਸਕੂਲਾਂ ਨੂੰ ਹੁਣ 2 ਲੱਖ ਤੱਕ ਦੀ ਵਿੱਤੀ ਮਦਦ ਦੇਣ ਦੀ ਪੇਸ਼ਕਸ਼ ਕੀਤੀ ਆ। ਆਂਗਨਵਾੜੀ ਕੇਂਦਰਾਂ ਨੂੰ ਵੀ ਪ੍ਰੀ ਪ੍ਰਾਇਮਰੀ ਜਮਾਤ ਸ਼ੁਰੂ ਕਰਨ ਦੇ ਪ੍ਰਤੀ ਸਕੂਲ ਦੋਸਤੋ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਹਾਲਾਂਕਿ ਆਂਗਨਵਾੜੀ ਕੇਂਦਰਾਂ ਨੂੰ ਇਹ ਮਦਦ 5 ਸਾਲਾਂ ਵਿੱਚ 1 ਵਾਰ ਕੀਤੀ ਜਾਵੇਗੀ, ਜਦਕਿ ਸਰਕਾਰੀ ਸਕੂਲਾਂ ਨੂੰ ਇਹ ਮਦਦ ਵਿਦਿਆਰਥੀਆਂ ਦੀ ਗਿਣਤੀ ਦੇ ਆਧਾਰ 'ਤੇ ਸਾਲਾਨਾ ਕੀਤੀ ਜਾਵੇਗੀ। ਤਾਂ ਦੋਸਤੋ ਇਹ ਪ੍ਰਤੀ ਬੱਚਾ 500 ਰੁਪਏ ਤੱਕ ਸਾਲਾਨਾ ਹੋਵੇਗਾ। ਤਾਂ ਦੋਸਤੋ ਪ੍ਰਤੀ ਬੱਚੇ ਹਿਸਾਬ ਨਾਲ ਦੋਸਤੋ ਸਕੂਲ ਨੂੰ 500 ਰੁਪਏ ਮਿਲਿਆ ਕਰਨਗੇ। ਅਗਲੀ ਖਬਰ ਵੀ ਦੋਸਤੋ ਪੰਜਾਬ ਦੇ ਮੌਸਮ ਬਾਰੇ ਆ। ਪੰਜਾਬ ਦੇ ਵਿੱਚ ਵਧੀ ਠੰਡ, ਮੌਸਮ ਵਿਭਾਗ ਵੱਲੋਂ ਮੀਂਹ ਪੈਣ ਦਾ ਅਲਰਟ ਜਾਰੀ। ਜੀ ਹਾਂ ਦਰਸ਼ਕੋ, ਮੌਸਮ ਵਿਭਾਗ ਨੇ ਅੱਜ ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਸੀ। ਹਾਲਾਂਕਿ ਇਹ ਸੰਭਾਵਨਾ ਕਾਫੀ ਘੱਟ ਆ। ਇਸ ਦਾ ਕਾਰਨ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਅਤੇ ਉੱਪਰਲੇ ਇਲਾਕਿਆਂ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਹਨ। ਏਸੀ ਦੇ ਨਾਲ ਹੀ ਪਹਾੜਾਂ ਉੱਤੇ ਬਰਫ਼ਬਾਰੀ ਤੋਂ ਬਾਅਦ ਪੰਜਾਬ ਵਿੱਚ ਠੰਡ ਵੱਧਦੀ ਜਾ ਰਹੀ ਆ। ਪੰਜਾਬ ਦੇ ਕਈ ਜ਼ਿਲ੍ਹੇ ਹਿਮਾਚਲ ਨਾਲੋਂ ਘੱਟ ਤਾਪਮਾਨ ਦਰਜ
ਕਰ ਰਹੇ ਨੇ। ਤਾਂ ਦੋਸਤੋ ਮੌਸਮ ਵਿਭਾਗ ਦੀ ਮੰਨੀ ਤਾਂ ਦੋਸਤੋ ਸ਼ਨੀਵਾਰ ਨੂੰ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਸੀ, ਪਰ ਬਹੁਤ ਥੋੜ੍ਹੇ ਸਮੇਂ ਲਈ ਬੱਦਲ ਛਾਏ ਰਹੇ। ਇਸ ਦੇ ਨਾਲ ਹੀ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਅੱਜ ਮੌਸਮ ਖੁਸ਼ਕ ਰਿਹਾ ਅਤੇ ਚੰਗੀ ਧੁੱਪ ਵੀ ਨਿਕਲੀ। ਅਗਲੀ ਖਬਰ ਆ, ਅਗਲੀ ਵੱਡੀ ਖਬਰ ਦੋਸਤੋ, ਪੰਜਾਬ ਦੇ ਵਿੱਚ 2024 ਦੀਆਂ ਸਰਕਾਰੀ ਛੁੱਟੀਆਂ ਦਾ ਐਲਾਨ। ਕਈ ਤਿਉਹਾਰ ਸ਼ਨੀਵਾਰ ਅਤੇ ਐਤਵਾਰ ਦੇ ਦਿਨ ਵੀ ਆਉਣਗੇ। ਜੀ ਹਾਂ ਪਿਆਰੇ ਦਰਸ਼ਕੋ, ਪੰਜਾਬ ਸਰਕਾਰ ਨੇ ਸਾਲ 2024 ਵਿੱਚ ਹੋਣ ਵਾਲੀਆਂ ਸਰਕਾਰੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਸੂਚੀ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਕਈ ਛੁੱਟੀਆਂ ਹਨ। 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਸ਼ਨੀਵਾਰ ਅਤੇ ਸ਼੍ਰੀ ਗੁਰੂ ਰਵਿਦਾਸ ਜੀ ਜਯੰਤੀ, 24 ਫਰਵਰੀ ਸ਼ਨੀਵਾਰ, 13 ਅਪ੍ਰੈਲ ਵਿਸਾਖੀ ਸ਼ਨੀਵਾਰ, 14 ਅਪ੍ਰੈਲ ਡਾਕਟਰ BR ਅੰਬੇਦਕਰ ਜਯੰਤੀ, 21 ਅਪ੍ਰੈਲ ਮਹਾਂਵੀਰ ਜਯੰਤੀ ਐਤਵਾਰ ਸਮੇਤ ਕਈ ਛੁੱਟੀਆਂ ਐਤਵਾਰ ਅਤੇ ਇਹ ਸ਼ਨੀਵਾਰ ਨੂੰ ਪੈ ਰਹੀਆਂ ਨੇ। ਇਸ ਲਿਸਟ ਮੁਤਾਬਕ ਕੱਲ੍ਹ ਕੁੱਲ 6 ਛੁੱਟੀਆਂ ਸ਼ਨੀਵਾਰ ਅਤੇ 2 ਛੁੱਟੀਆਂ ਐਤਵਾਰ ਨੂੰ ਪੈ ਰਹੀਆਂ ਹਨ।